ਅੱਜ ਦੀ ਵੀਡੀਓ ਵਿੱਚ ਆਪਾਂ ਗੱਲ ਕਰਨ ਜਾ ਰਹੇ ਹਾਂ, ਹਮੇਸ਼ਾ ਖੂਬਸੂਰਤ ਅਤੇ ਜਵਾਨ ਦਿਖਣ ਲਈ ਸਾਨੂੰ ਕੀ ਕਰਨਾ ਚਾਹੀਦਾ ਹੈ। ਅੱਜ ਕੱਲ੍ਹ ਵੈਸੇ ਕਈ ਤਰ੍ਹਾਂ ਦੇ ਪ੍ਰੋਡਕਟਸ ਆਉਂਦੇ ਆ, ਕਰੀਮਸ ਆਉਂਦੀਆਂ ਜੋ ਕਹਿੰਦੇ ਆ ਕਿ ਐਂਟੀ ਏਜਿੰਗ ਹੁੰਦੀਆਂ ਨੇ, ਜੋ ਸਾਡੀ ਸਕਿਨ ਨੂੰ ਗਲੋਇੰਗ ਔਰ ਜੋ ਹੈ ਏਜ ਤੋਂ ਪਹਿਲਾਂ ਜਿਹੜੀ ਸਾਡੇ ਚਿਹਰੇ ਦੇ ਉੱਪਰ ਏਜਿੰਗ ਨਜ਼ਰ ਆ ਰਹੀ ਹੈ, ਘੱਟ ਉਮਰ ਦੇ ਵਿੱਚ ਹੀ ਫਾਈਨ ਲਾਈਨ ਝੁੜੀਆਂ ਨਜ਼ਰ ਆ ਰਹੀਆਂ ਨੇ, ਫੇਸ ਮਚਿਓਰ ਬਹੁਤ ਜ਼ਿਆਦਾ ਲੱਗਣ ਲੱਗ ਗਿਆ, ਉਸਨੂੰ ਠੀਕ ਕਰ ਸਕਦਾ। ਪਰ ਅਜਿਹਾ ਨਹੀਂ ਹੁੰਦਾ ਹੈ, ਕਰੀਮਸ ਉਹ ਕੰਮ ਨਹੀਂ ਕਰ ਪਾ ਸਕਦੀਆਂ ਜੋ ਤੁਸੀਂ ਖੁਦ ਲਈ ਕਰ ਸਕਦੇ ਹੋ। ਜੀ ਹਾਂ, ਅੱਜ ਮੈਂ ਦੱਸਣ ਜਾ ਰਹੀ ਹਾਂ ਕਿ ਆਪਣੇ ਲਾਈਫ ਸਟਾਈਲ ਵਿੱਚ ਕੁਛ ਚੀਜ਼ਾਂ ਅੱਜ ਤੋਂ ਹੀ ਬਦਲ ਦਿਓ, ਜੇਕਰ ਤੁਸੀਂ ਚਾਹੁੰਦੇ ਹੋ ਕਿ ਤੁਸੀਂ ਤਰੋ ਤਾਜ਼ਾ ਨਜ਼ਰ ਆਓ, ਜਵਾਨ ਨਜ਼ਰ ਆਓ, ਆਪਣੀ ਉਮਰ ਤੋਂ ਜ਼ਿਆਦਾ ਨਹੀਂ, ਆਪਣੀ ਉਮਰ ਦੇ ਜਿੰਨੇ ਹੀ, ਆਪਣੀ ਉਮਰ ਤੋਂ ਘੱਟ ਨਜ਼ਰ ਆਓ। ਅਜਿਹਾ ਪੋਸੀਬਲ ਹੋ ਸਕਦਾ ਹੈ ਜੇਕਰ ਤੁਸੀਂ ਅੱਜ ਤੋਂ ਹੀ ਆਪਣੀਆਂ ਕੁਛ ਆਦਤਾਂ ਵਿੱਚ ਬਦਲਾਅ ਕਰ ਲੈਂਦੇ ਹੋ। ਬਹੁਤ ਜ਼ਿਆਦਾ ਕੋਈ ਲੰਬਾ ਚੌੜਾ ਕੰਮ ਨਹੀਂ ਹੈ, ਕੋਈ ਚੀਜ਼ ਖਰੀਦ ਕੇ ਨਹੀਂ ਲੈ ਕੇ ਆਉਣੀ ਹੈ, ਕੋਈ ਮਹਿੰਗਾ ਇਸ ਦੇ ਵਿੱਚ ਪ੍ਰੋਡਕਟ ਯੂਜ਼ ਨਹੀਂ ਕਰਨਾ ਹੈ, ਕੰਮ ਕਰਨਾ ਹੈ ਤੁਸੀਂ ਸਿਰਫ ਔਰ ਸਿਰਫ ਆਪਣੇ ਆਪ ਦੇ ਉੱਪਰ। ਸਭ ਤੋਂ ਪਹਿਲਾਂ ਦੇਖੋ, ਅਸੀਂ ਜੋ ਹਰ ਵੇਲੇ ਇੱਕ ਕੰਮ ਕਰ ਰਹੇ ਹਾਂ ਉਸਨੂੰ ਅਸੀਂ ਸੁਧਾਰਨਾ ਹੈ, ਉਹ ਹੈ ਜੀ ਸਾਹ ਲੈਣ ਦਾ ਤਰੀਕਾ। ਅਸੀਂ ਜਦੋਂ ਦੇਖਦੇ ਹਾਂ ਕਿ ਸਾਨੂੰ ਮਾੜੀ ਮਾੜੀ ਗੱਲ ਤੇ ਗੁੱਸਾ ਆ ਜਾਂਦਾ ਹੈ ਜਾਂ ਟੈਨਸ਼ਨ ਹੋ ਜਾਂਦੀ ਹੈ, ਸਟ੍ਰੈਸ ਹੋ ਜਾਂਦਾ ਹੈ, ਤਾਂ ਉਸ ਟੈਨਸ਼ਨ ਅਤੇ ਸਟ੍ਰੈਸ ਔਰ ਗੁੱਸੇ ਦੇ ਨਾਲ ਸਾਡਾ ਜਿਹੜਾ ਸਾਹ ਲੈਣ ਦਾ ਤਰੀਕਾ ਹੈ ਉਹ ਬਹੁਤ ਫਾਸਟ ਹੋ ਜਾਂਦਾ, ਅਸੀਂ ਤੇਜ਼ ਤੇਜ਼ ਸਾਹ ਲੈਣ ਲੱਗਦੇ ਹਾਂ। ਸੋ ਕਈ ਤਰ੍ਹਾਂ ਦੀ ਸਟੱਡੀਜ਼ ਹੋਈਆਂ ਜਿਸ ਦੇ ਵਿੱਚ ਦੱਸਿਆ ਗਿਆ ਹੈ ਕਿ ਜਦੋਂ ਅਸੀਂ ਲੰਬਾ ਸਾਹ ਲੈਂਦੇ ਹਾਂ, ਡੀਪ ਸਾਹ ਲੈਂਦੇ ਹਾਂ, ਤਾਂ ਸਾਡੇ ਅੰਦਰ ਤੱਕ ਪ੍ਰੋਪਰ ਮਾਤਰਾ ਵਿੱਚ ਆਕਸੀਜਨ ਜਾਂਦੀ ਹੈ, ਜਿਸ ਦੇ ਨਾਲ ਸਾਡੇ ਸਾਰੇ ਆਰਗਨਸ ਨੂੰ ਸਹੀ ਤਰ੍ਹਾਂ ਨਾਲ ਆਕਸੀਜਨ ਮਿਲ ਪਾਉਂਦੀ ਹੈ। ਗਲਤੀ ਇੱਥੇ ਅਸੀਂ ਇਹੀ ਕਰ ਰਹੇ ਹੁੰਦੇ ਹਾਂ ਕਿ ਅਸੀਂ ਹਮੇਸ਼ਾ ਭੱਜ ਨੱਠ ਵਿੱਚ ਹੀ ਰਹਿੰਦੇ ਹਾਂ, ਜਿਸ ਨਾਲ ਅਸੀਂ ਆਪਣੇ ਸਾਹ ਲੈਣ ਦੇ ਤਰੀਕੇ ਵੱਲ ਤਾਂ ਫੋਕਸ ਹੀ ਨਹੀਂ ਕਰਦੇ। ਇਸ ਲਈ ਸਾਨੂੰ ਮੈਡੀਟੇਸ਼ਨ ਕਰਨੀ ਚਾਹੀਦੀ ਹੈ, ਯੋਗਾ ਜਾਂ ਪ੍ਰਾਣਾਯਾਮ ਕਰਨਾ ਚਾਹੀਦਾ ਹੈ, ਜਿਸ ਦੇ ਨਾਲ ਸਾਹ ਚੰਗੀ ਮਾਤਰਾ ਵਿੱਚ ਅਸੀਂ ਸਹੀ ਤਰ੍ਹਾਂ ਨਾਲ ਲੈ ਪਾਉਂਦੇ ਹਾਂ। ਤੁਸੀਂ 1 ਮਿੰਟ ਜ਼ਰੂਰ ਚੈੱਕ ਕਰੋ ਘੜੀ ਦੇ ਵਿੱਚ ਦੇਖ ਕੇ ਕਿ 1 ਮਿੰਟ ਵਿੱਚ ਤੁਸੀਂ ਕਿੰਨੀ ਵਾਰ ਸਾਹ ਲੈ ਰਹੇ ਹੋ, ਕਿਉਂਕਿ ਜਿੰਨਾ ਅਸੀਂ 1 ਮਿੰਟ ਵਿੱਚ ਜ਼ਿਆਦਾ ਵਾਰ ਸਾਹ ਲੈ ਰਹੇ ਹਾਂ, ਮਤਲਬ ਪੂਰਾ ਸਹੀ ਢੰਗ ਦੇ ਨਾਲ ਅਸੀਂ ਆਕਸੀਜਨ ਨੂੰ ਅੰਦਰ ਲੈ ਕੇ ਹੀ ਨਹੀਂ ਜਾ ਰਹੇ ਹਾਂ। ਸੋ ਜਿੰਨਾ ਡੀਪ ਬ੍ਰੀਥ ਜਾਂ ਪੂਰੇ ਦਿਨ ਦੇ ਵਿੱਚ ਸਾਨੂੰ ਆਪਣੇ ਕੁਛ ਟਾਈਮ ਅਜਿਹਾ ਜ਼ਰੂਰ ਕੱਢਣਾ ਚਾਹੀਦਾ ਹੈ। ਸਵੇਰੇ ਸਵੇਰੇ ਅਗਰ ਤੁਸੀਂ ਤੁਹਾਡੇ ਘਰ ਦੇ ਵਿੱਚ ਕੋਈ ਗਾਰਡਨ ਬਣਿਆ, ਪਾਰਕ ਹੈ, ਕਿਤੇ ਨੇੜੇ ਤੇੜੇ ਤੁਹਾਡੇ ਗਾਰਡਨ ਪਾ ਕੇ ਉੱਥੇ ਜਾਓ, ਸਾਫ਼ ਸੁਥਰੀ ਹਵਾ ਵਿੱਚ ਬੈਠੋ, ਅੱਖਾਂ ਬੰਦ ਕਰੋ ਔਰ ਡੀਪ ਸਾਹ ਲਓ ਕਿ ਸਾਨੂੰ ਫੀਲ ਹੋਏ ਅਸੀਂ ਸਾਹ ਲਿਆ, ਪੇਟ ਫੁੱਲਿਆ ਉਸਦੇ ਨਾਲ ਔਰ ਸਾਹ ਬਾਹਰ ਕੀਤਾ ਤੇ ਪੇਟ ਅੰਦਰ ਨੂੰ ਗਿਆ। ਇਹ ਪ੍ਰੋਸੈਸ ਸਹੀ ਤਰ੍ਹਾਂ ਨਾਲ ਤੁਸੀਂ ਕਰਦੇ ਹੋ ਤਾਂ ਸਾਡੀ ਬਾਡੀ ਨੂੰ ਪੂਰੇ ਦਿਨ ਦੇ ਲਈ ਵਧੀਆ ਢੰਗ ਨਾਲ ਆਕਸੀਜਨ ਮਿਲਦੀ ਹੈ, ਤਾਂ ਸਾਰੇ ਆਰਗਨਸ ਜੋ ਹੈ ਉਸਦੇ ਨਾਲ ਹੈਲਦੀ ਰਹਿਣ ਵਾਲੇ ਨੇ। ਮੇਨ ਦੇਖੋ, ਖਰਾਬੀ ਬਾਡੀ ਵਿੱਚ ਹੋ ਹੀ ਉੱਥੇ ਰਹੀ ਹੁੰਦੀ ਹੈ ਕਿ ਆਕਸੀਜਨ ਸਹੀ ਤਰ੍ਹਾਂ ਨਹੀਂ ਮਿਲ ਰਹੀ, ਔਰਗਨ ਜਿਹੜੇ ਆ ਹੌਲੀ ਹੌਲੀ ਉਹਨਾਂ ਦੇ ਵਿੱਚ ਏਜਿੰਗ ਸ਼ੁਰੂ ਹੋਣ ਲੱਗਦੀ ਹੈ, ਜੋ ਸਾਡੀ ਸਕਿਨ ਤੇ ਸਾਡੀ ਫੇਸ ਤੇ ਵੀ ਨਜ਼ਰ ਆਉਂਦੀ ਹੈ। 1 ਮਹੀਨਾ ਤੁਸੀਂ ਅਗਰ ਐਵੇਂ ਕਰਕੇ ਦੇਖਦੇ ਹੋ ਕਿ ਸਾਹ ਸਹੀ ਤਰ੍ਹਾਂ ਨਾਲ ਲੈਣ ਦੇ ਲਈ ਆਪਣੇ ਸਵੇਰ ਦਾ ਸਮਾਂ ਜਾਂ ਸ਼ਾਮ ਦਾ ਸਮਾਂ ਕੱਢਦੇ ਹੋ ਔਰ 10-15 ਮਿੰਟ ਤੁਸੀਂ ਡੀਪ ਬ੍ਰੀਥ ਕਰਦੇ ਹੋ, ਡੂੰਘਾ ਸਾਹ ਲੈਂਦੇ ਹੋ ਔਰ ਛੱਡਦੇ ਹੋ, ਤਾਂ ਇਸ ਦੇ ਨਾਲ ਹੀ ਤੁਹਾਨੂੰ ਆਪਣੀ ਸਕਿਨ ਜੋ ਹੈ ਪਹਿਲਾਂ ਨਾਲੋਂ ਵਧੀਆ ਔਰ ਯੰਗ ਨਜ਼ਰ ਆਉਣ ਲੱਗੇਗੀ, ਤੁਹਾਨੂੰ ਇੱਕ ਨੈਚੁਰਲ ਗਲੋ ਜੋ ਹੈ ਆਪਣੇ ਚਿਹਰੇ ਤੇ ਜ਼ਰੂਰ ਨਜ਼ਰ ਆਉਣ ਲੱਗੇਗਾ। ਅਗਲੀ ਮੈਂ ਗੱਲ ਕਰਾਂ ਤਾਂ ਸਾਨੂੰ ਮਨ ਦੀ ਖੁਸ਼ੀ ਕਿਵੇਂ ਚਾਹੀਦੀ ਹੈ, ਮਨ ਦੀ ਖੁਸ਼ੀ ਦੇ ਨਾਲ ਵੀ ਚਿਹਰੇ ਤੇ ਇੱਕ ਅਲੱਗ ਤਰ੍ਹਾਂ ਦਾ ਗਲੋ ਆਉਂਦਾ ਹੈ, ਜੋ ਮਹਿੰਗੇ ਮਹਿੰਗੇ ਫੇਸ਼ੀਅਲਸ ਦੇ ਨਾਲ ਵੀ ਤੁਹਾਨੂੰ ਨਹੀਂ ਮਿਲ ਸਕਦਾ। ਉਹ ਕਿਵੇਂ ਮਿਲੇਗੀ? ਸਾਨੂੰ ਆਪਣੇ ਦਿਨ ਦੇ ਵਿੱਚ ਇੱਕ ਮੋਟਿਵ ਜ਼ਰੂਰ ਰੱਖਣਾ ਚਾਹੀਦਾ ਹੈ ਕਿ ਅਸੀਂ ਕਿਤੇ ਵੀ ਜਾਈਏ ਤਾਂ ਘੱਟੋ ਘੱਟ ਅਸੀਂ 1-2 ਜਣਿਆਂ ਦੀ ਮਦਦ ਜ਼ਰੂਰ ਕਰੀਏ, ਚਾਹੇ ਉਹ ਸਾਡੇ ਆਪਣੇ ਰਿਸ਼ਤੇਦਾਰ ਹੋਣ, ਭੈਣ ਭਰਾ ਨੇ, ਜਾਂ ਫਿਰ ਕੋਈ ਜ਼ਰੂਰਤਮੰਦ ਨਜ਼ਰ ਆ ਰਿਹਾ ਹੈ। ਗਰਮੀ ਵਿੱਚ ਜਾ ਰਹੇ ਹੋ ਕਿਤੇ, ਕਿਸੇ ਨੂੰ ਪਿਆਸ ਲੱਗੀ ਹੈ, ਪਾਣੀ ਪਿਲਾਤਾ, ਜਾਂ ਕੋਈ ਅਸੀਂ ਕਿਸੇ ਗਰੀਬ ਨੂੰ, ਕਿਸੇ ਜ਼ਰੂਰਤਮੰਦ ਨੂੰ ਦੇਖਦੇ ਹਾਂ, ਉਸਦੀ ਕੋਈ ਨੀਡ ਹੈ ਉਸਨੂੰ ਆਪਾਂ ਪੂਰਾ ਕਰ ਦਿੱਤਾ, ਤਾਂ ਤੁਸੀਂ ਤੁਹਾਡੇ ਵਿੱਚੋਂ ਕਈ ਅਜਿਹੇ ਹੋਣਗੇ ਜ਼ਰੂਰ ਜੋ ਕਈਆਂ ਦੀ ਮਦਦ ਕਰਦੇ ਹੋਣੇ, ਤਾਂ ਤੁਸੀਂ ਸਾਰੇ ਜਾਣਦੇ ਵੀ ਹੋਣੇ ਕਿ ਉਹ ਕਿੰਨੀ ਵਧੀਆ ਇੱਕ ਖੁਸ਼ੀ ਮਹਿਸੂਸ ਹੁੰਦੀ ਹੈ ਜਦੋਂ ਅਸੀਂ ਕਿਸੇ ਦੀ ਹੈਲਪ ਕਰਦੇ ਹਾਂ। ਇੱਕ ਇਨਸਾਨੀਅਤ ਵਾਲਾ
ਸਾਨੂੰ ਅੰਦਰੋਂ ਫੀਲ ਹੁੰਦਾ ਕਿ ਸਾਨੂੰ ਐਵੇਂ ਕਰਨਾ ਚਾਹੀਦਾ। ਸੋ ਅਗਰ ਤੁਸੀਂ ਅਜਿਹਾ ਵੀ ਡੇਲੀ ਕਰਦੇ ਹੋ ਤਾਂ ਤੁਹਾਨੂੰ ਆਪਣੇ ਆਪ ਦੇ ਵਿੱਚ ਬਹੁਤ ਖੁਸ਼ੀ ਫੀਲ ਹੋਣ ਵਾਲੀ ਹੈ। ਸੋ ਇਹ ਜ਼ਰੂਰੀ ਨਹੀਂ ਹੁੰਦਾ ਕਿ ਅਸੀਂ ਬਾਹਰ ਹੀ ਕੋਈ ਜ਼ਰੂਰਤਮੰਦ ਲੱਭਣਾ ਹੈ, ਘਰ ਦੇ ਵਿੱਚ ਵੀ ਦੇਖੋ ਅਸੀਂ ਅਕਸਰ ਇਹ ਗੱਲ ਕਰਦੇ ਹਾਂ ਕਿ ਕਈ ਆਪਣੇ ਘਰ ਦੇ ਵਿੱਚ ਆਪਣੇ ਪੇਰੈਂਟਸ ਨੂੰ ਤਾਂ ਪੁੱਛਦੇ ਨਹੀਂ, ਉਹਨਾਂ ਦਾ ਕੰਮ ਦੇ ਵਿੱਚ ਹੱਥ ਨਹੀਂ ਵਟਾਉਂਦੇ, ਤੇ ਬਾਹਰ ਜੋ ਹੈ ਜ਼ਰੂਰਤਮੰਦਾਂ ਦੀ ਮਦਦ ਕਰਦੇ ਨੇ। ਸੋ ਪਹਿਲਾਂ ਆਪਣੇ ਘਰ ਦੇ ਵਿੱਚ ਦੇਖੋ ਪੇਰੈਂਟਸ, ਅਗਰ ਬਜ਼ੁਰਗ ਮਾਂ ਬਾਪ ਹੈ, ਕੋਈ ਬਿਮਾਰ ਹੈ, ਭੈਣ ਭਰਾ ਜਾਂ ਹਸਬੈਂਡ ਵਾਈਫ ਦੀ ਆਪਾਂ ਗੱਲ ਕਰ ਲਈਏ, ਉਹਨਾਂ ਵਿੱਚੋਂ ਕੋਈ ਬਿਮਾਰ ਹੈ, ਤਾਂ ਘਰ ਦੇ ਵਿੱਚ ਹੀ ਅਗਰ ਤੁਸੀਂ ਆਪਣੇ ਫੈਮਿਲੀ ਮੈਂਬਰ ਦੀ ਮਦਦ ਕਰ ਰਹੇ ਹੋ, ਉਸ ਦੇ ਨਾਲ ਵੀ ਤੁਹਾਨੂੰ ਬਹੁਤ ਜ਼ਿਆਦਾ ਖੁਸ਼ੀ ਮਿਲਣ ਵਾਲੀ ਹੈ, ਜੋ ਕਿ ਅਸੀਂ ਕਿਤੇ ਬਹੁਤ ਜ਼ਿਆਦਾ ਪੈਸੇ ਖਰਚ ਕਰਕੇ ਵੀ ਉਹ ਖੁਸ਼ੀ ਹਾਸਿਲ ਨਹੀਂ ਕਰ ਸਕਦੇ ਹਾਂ। ਅਗਲੀ ਆਪਾਂ ਗੱਲ ਕਰੀਏ ਤਾਂ ਸਾਨੂੰ ਆਪਣੀ ਡਾਇਟ ਵਿੱਚ ਕੁਛ ਅਜਿਹੀਆਂ ਚੀਜ਼ਾਂ ਜ਼ਰੂਰ ਐਡ ਕਰਨੀਆਂ ਚਾਹੀਦੀਆਂ ਨੇ ਜੋ ਕਿ ਐਂਟੀ ਆਕਸੀਡੈਂਟ ਹੁੰਦੀਆਂ ਨੇ, ਜੋ ਸਾਡੇ ਟੌਕਸਿਨਸ ਨੂੰ ਬੋਡੀ ਵਿੱਚ ਜਿੰਨੇ ਟੌਕਸਿਨਸ ਹੁੰਦੇ ਨੇ ਉਹਨਾਂ ਨੂੰ ਬੋਡੀ ਤੋਂ ਬਾਹਰ ਕਰਨ ਦਾ ਕੰਮ ਕਰਦੀਆਂ ਨੇ। ਸੋ ਆਯੁਰਵੇਦ ਦੇ ਹਿਸਾਬ ਦੇ ਨਾਲ ਕਈ ਅਜਿਹੀਆਂ ਚੀਜ਼ਾਂ ਜਿਵੇਂ ਕਿ ਆਂਵਲਾ ਹੈ, ਅਸ਼ਵਗੰਧਾ ਹੈ, ਗਿਲੋਏ ਹੈ, ਅਜਿਹੀਆਂ ਚੀਜ਼ਾਂ ਨੂੰ ਸਾਨੂੰ ਕਿਸੇ ਨਾ ਕਿਸੇ ਢੰਗ ਨਾਲ ਜ਼ਰੂਰ ਡਾਇਟ ਵਿੱਚ ਲੈਣਾ ਚਾਹੀਦਾ ਹੈ। ਗਰਮੀਆਂ ਨੇ ਤਾਂ ਤੁਸੀਂ ਤ੍ਰਿਫਲਾ ਪਾਊਡਰ ਯੂਜ਼ ਕਰ ਸਕਦੇ ਹੋ, ਸਰਦੀਆਂ ਦੇ ਵਿੱਚ ਚਵਨਪ੍ਰਾਸ਼ ਖਾਇਆ ਜਾ ਸਕਦਾ ਹੈ, ਜਿਸ ਦੇ ਨਾਲ ਇਹ ਚੀਜ਼ਾਂ ਸਾਡੀ ਬੋਡੀ ਦੇ ਵਿੱਚ ਜਿਹੜਾ ਵੀ ਟੌਕਸਿਨਸ ਦੇ ਨਾਲ ਡੈਮੇਜ ਹੋ ਰਿਹਾ ਉਸਨੂੰ ਕੰਟਰੋਲ ਕਰਦੇ ਨੇ, ਰਿਕਵਰ ਕਰਦੇ ਨੇ ਤੇ ਸਾਡੇ ਔਰਗਨਸ ਨੂੰ ਹੈਲਦੀ ਕਰਦੇ ਨੇ। ਸੋ ਤ੍ਰਿਫਲਾ ਦੀ ਜੇਕਰ ਗੱਲ ਕਰੀਏ ਤਾਂ ਤੁਸੀਂ ਰਾਤ ਨੂੰ 1 ਜਾਂ 2 ਚਮਚ ਇੱਕ ਗਲਾਸ ਪਾਣੀ ਦੇ ਨਾਲ ਪੀ ਸਕਦੇ ਹੋ, ਖਾ ਸਕਦੇ ਹੋ, ਔਰ ਉਸਦੇ ਨਾਲ ਤੁਹਾਡਾ ਪੂਰਾ ਡਾਇਜੈਸਟਿਵ ਸਿਸਟਮ ਜਿਹੜਾ ਹੈ ਸਹੀ ਹੁੰਦਾ ਹੈ। ਤੁਹਾਡੇ ਅਗਰ ਕਿਸੇ ਨੂੰ ਵੀ ਕਬਜ਼ ਦੀ ਪ੍ਰੋਬਲਮ ਰਹਿੰਦੀ ਹੈ, ਪਾਚਨ ਕਿਰਿਆ ਨੂੰ ਲੈ ਕੇ ਕੋਈ ਵੀ ਪ੍ਰੋਬਲਮ ਹੈ, ਉਹ ਉੱਥੇ ਹੀ ਠੀਕ ਹੋਣ ਵਾਲੀ ਹੈ, ਕਬਜ਼ ਦੀ ਪ੍ਰੋਬਲਮ ਵੀ ਠੀਕ ਹੋ ਜਾਏਗੀ। ਦੇਖੋ ਸਾਡੇ ਬੋਡੀ ਦਾ ਮੇਨ ਤੰਤਰ ਲਿਵਰ, ਡਾਈਜੈਸ਼ਨ ਔਰ ਪੇਟ ਸਾਫ਼ ਹੋਣਾ, ਅਗਰ ਇਹ ਚੀਜ਼ਾਂ ਸਹੀ ਨਹੀਂ ਹੁੰਦੀਆਂ ਤਾਂ ਅੰਦਰ ਬੋਡੀ ਦੇ ਔਰਗਨ 'ਤੇ ਤਾਂ ਮਾੜਾ ਪ੍ਰਭਾਵ ਪੈਂਦਾ ਹੀ ਹੈ, ਨਾਲ ਦੀ ਨਾਲ ਜਿਹੜਾ ਸਾਡਾ ਚਿਹਰਾ ਹੈ ਉਸਦੇ ਉੱਪਰ ਬਹੁਤ ਜ਼ਿਆਦਾ ਫਰਕ ਪੈਣ ਲੱਗਦਾ ਹੈ। ਸੋ ਅਗਰ ਅਸੀਂ ਆਪਣੇ ਡਾਈਜੈਸ਼ਨ ਨੂੰ ਔਰ ਪੇਟ ਨੂੰ ਸਾਫ਼ ਰੱਖਦੇ ਹਾਂ ਤਾਂ ਤੁਹਾਡਾ ਆਟੋਮੈਟਿਕਲੀ ਚਿਹਰਾ ਵੀ ਖਿਲਿਆ ਖਿਲਿਆ ਨਜ਼ਰ ਜ਼ਰੂਰ ਆਉਂਦਾ ਹੈ। ਸੋ ਤ੍ਰਿਫਲਾ ਤੁਸੀਂ ਯੂਜ਼ ਕਰ ਸਕਦੇ ਹੋ ਗਰਮੀਆਂ ਦੇ ਵਿੱਚ, ਔਰ ਇਸ ਵਿੱਚ ਇੰਨੇ ਅੱਛੇ ਅੱਛੀ ਆਂਵਲਾ, ਹਰੜ ਔਰ ਬਹੇੜਾ ਪਾਇਆ ਗਿਆ ਹੁੰਦਾ ਹੈ ਜੋ ਸਾਡੀ ਬੋਡੀ ਦੇ ਕਈ ਤਰ੍ਹਾਂ ਦੀ ਬਿਮਾਰੀਆਂ ਦੇ ਉੱਪਰ ਵੀ ਕੰਮ ਕਰਦਾ, ਆਟੋਮੈਟਿਕਲੀ ਕਈ ਜੋ ਸਾਡੀ ਬਿਮਾਰੀਆਂ ਠੀਕ ਹੋ ਜਾਂਦੀਆਂ, ਜਿਨ੍ਹਾਂ ਦੀ ਹੇਅਰ ਫਾਲ ਦੀ ਪ੍ਰੋਬਲਮ ਹੈ ਉਹ ਵੀ ਠੀਕ ਹੋ ਜਾਏਗੀ, ਫੇਸ ਦੀ ਤਾਂ ਆਪਾਂ ਗੱਲ ਹੀ ਕਰ ਰਹੇ ਹਾਂ, ਰਿੰਕਲਸ ਹੈ, ਫਾਈਨ ਲਾਈਨਸ ਹੈ, ਇਹ ਪ੍ਰੋਬਲਮ ਠੀਕ ਹੋ ਜਾਏਗੀ, ਹੋਰ ਵੀ ਡਾਈਜੈਸ਼ਨ ਨੂੰ ਲੈ ਕੇ ਢੇਰ ਸਾਰੀਆਂ ਪ੍ਰੋਬਲਮਸ ਇੱਥੇ ਤੁਹਾਡੀਆਂ ਠੀਕ ਹੋਣ ਵਾਲੀਆਂ ਨੇ। ਇੱਕ ਹੋਰ ਆਪਾਂ ਇਹਦੇ ਵਿੱਚ ਐਡ ਕਰਨਾ ਹੈ ਜੀ ਫਾਸਟਿੰਗ, ਯਾਨੀ ਕਿ ਖੁਦ ਨੂੰ ਬੋਡੀ ਨੂੰ ਰਿਕਵਰ ਕਰਨ ਦੇ ਲਈ ਇੱਥੇ ਅਸੀਂ ਟਾਈਮ ਦੇਣਾ। ਜਦੋਂ ਅਸੀਂ ਫਾਸਟਿੰਗ ਵਿੱਚ ਹੁੰਦੇ ਹਾਂ ਤਾਂ ਬੋਡੀ 30% ਖੁਦ ਨੂੰ ਰਿਕਵਰ ਕਰ ਲੈਂਦੀ ਹੈ, ਪਰ ਫਾਸਟਿੰਗ ਦਾ ਮਤਲਬ ਇੱਥੇ ਇਹ ਨਹੀਂ ਹੈ ਕਿ ਭੁੱਖ ਦੇ ਨਾਲ ਖੁਦ ਨੂੰ ਤੜਫਾਉਣਾ ਹੈ। ਜੇਕਰ ਭੁੱਖ ਲੱਗਦੀ ਹੈ ਤਾਂ ਤੁਸੀਂ ਸੈਲਡ ਹਲਕਾ ਫੁਲਕਾ ਖਾ ਸਕਦੇ ਹੋ, ਔਰ ਹਲਕੀ ਫੁਲਕੀ ਚੀਜ਼ਾਂ, ਥੋੜ੍ਹਾ ਬਹੁਤਾ ਫਰੂਟ ਜਾਂ ਸੈਲਡ ਅਗਰ ਖਾ ਲਓ, ਅਗਰ ਭੁੱਖ ਬਰਦਾਸ਼ਤ ਹੀ ਨਹੀਂ ਹੋ ਰਹੀ ਹੈ ਤਾਂ ਤੁਸੀਂ ਹਫ਼ਤੇ ਵਿੱਚ 1 ਦਿਨ ਵੀ ਅਗਰ ਫਾਸਟਿੰਗ ਕਰਦੇ ਹੋ ਇਸ ਤਰੀਕੇ ਨਾਲ, ਪਾਣੀ ਪੀਓ ਔਰ ਸਿਰਫ ਹੋ ਸਕੇ ਤਾਂ ਸੈਲਡ ਖਾ ਲਓ, ਤਾਂ ਇਸਦੇ ਨਾਲ ਬੋਡੀ ਬਹੁਤ ਸਾਰੀ ਬਿਮਾਰੀਆਂ ਤੋਂ ਖੁਦ ਨੂੰ ਰਿਕਵਰ ਕਰ ਸਕਦੀ ਹੈ। ਸੋ ਅਜਿਹਾ ਕਰਨ ਦੇ ਨਾਲ ਤੁਸੀਂ ਖੁਦ ਵਿੱਚ ਬਹੁਤ ਅੱਛੇ ਫਰਕ ਜ਼ਰੂਰ ਦੇਖੋਗੇ। ਇੱਕ ਸਟੱਡੀਜ਼ ਵਿੱਚ ਇਹ ਵੀ ਦੇਖਿਆ ਗਿਆ ਹੈ ਕਿ ਜਿਹੜੇ ਲੋਕ ਫਾਸਟਿੰਗ ਕਰਦੇ ਨੇ ਉਹ ਉਮਰ ਉਹਨਾਂ ਦੀ ਜੋ ਹੈ 30% 30% ਉਹਨਾਂ ਦੀ ਉਮਰ ਵੱਧ ਪਾਈ ਗਈ ਹੈ। ਸੋ ਅਗਰ ਤੁਸੀਂ ਵੀ ਚਾਹੁੰਦੇ ਹੋ ਬਿਮਾਰੀਆਂ ਤੋਂ ਬਿਨਾਂ ਵਧੀਆ ਸਿਹਤਮੰਦ ਜ਼ਿੰਦਗੀ ਅਸੀਂ ਬਿਤਾਈਏ, ਤਾਂ ਕੋਸ਼ਿਸ਼ ਕਰ ਸਕਦੇ ਹੋ ਕਿ ਫਾਸਟਿੰਗ ਤੁਸੀਂ ਕਰੋ, ਜਿਸ ਦੇ ਨਾਲ ਬੋਡੀ ਟੌਕਸਿਨਸ ਨੂੰ ਬੋਡੀ ਤੋਂ ਆਊਟ ਕਰਦੀ ਹੈ, ਔਰ ਨਾਲ ਦੀ ਨਾਲ ਕਈ ਸਾਰੀਆਂ ਬਿਮਾਰੀਆਂ ਤੋਂ ਤੁਹਾਨੂੰ ਰਿਕਵਰੀ ਆਪਣੇ ਆਪ ਬੋਡੀ ਕਰ ਦਿੰਦੀ ਹੈ। ਸੋ ਫਾਸਟਿੰਗ ਵੀ ਤੁਸੀਂ ਕਰ ਸਕਦੇ ਹੋ। ਅੱਗੋਂ ਆਪਾਂ ਗੱਲ ਕਰੀਏ ਜੀ ਤੇਜ਼ ਮਸਾਲੇ ਸਪਾਈਸੀ ਫੂਡ ਨਹੀਂ ਖਾਣਾ। ਕੋਈ ਵੀ ਨੋਰਮਲ ਪਰਸਨ ਹੈ, ਜ਼ਰੂਰੀ ਨਹੀਂ ਕਿ ਤੁਹਾਨੂੰ ਕੋਈ ਹੈਲਥ ਇਸ਼ੂ ਹੈ ਤਾਂ ਹੀ ਤੁਸੀਂ ਇਸਨੂੰ ਛੱਡਣਾ ਹੈ। ਸਾਡਾ ਜਿਹੜਾ ਸਾਡੀ ਜਿਹੜੀ ਹਿਊਮਨ ਬੋਡੀ ਹੈ ਉਹ ਇਹਨਾਂ
ਬਹੁਤ ਜ਼ਿਆਦਾ ਤੇਜ਼ ਮਸਾਲਿਆਂ ਲਈ ਨਹੀਂ ਬਣੀ ਹੈ। ਹਾਲਾਂਕਿ ਜਿਹੜੇ ਵੀ ਸਾਡੇ ਰਸੋਈ ਵਿੱਚ ਮਸਾਲੇ ਹੁੰਦੇ ਨੇ ਉਹਨਾਂ ਸਾਰਿਆਂ ਦੇ ਕਈ ਸਾਨੂੰ ਬੈਨੀਫਿਟਸ ਵੀ ਮਿਲਦੇ ਨੇ, ਪਰ ਜਦੋਂ ਅਸੀਂ ਕਿਸੇ ਲਿਮਿਟ ਤੋਂ ਐਕਸੈਸ ਜਾ ਕੇ ਕੋਈ ਚੀਜ਼ ਵਰਤਦੇ ਹਾਂ ਤਾਂ ਉਸ ਦੇ ਨਾਲ ਉਹਦੇ ਹਾਰਮਫੁਲ ਇੰਪੈਕਟ ਵੀ ਬੋਡੀ ਤੇ ਜ਼ਰੂਰ ਦਿਖਦੇ ਨੇ। ਇਸ ਲਈ ਤੇਜ਼ ਮਸਾਲੇ ਬਿਲਕੁਲ ਵੀ ਨਾ ਖਾਓ ਤਾਂ ਕਿ ਉਹਨਾਂ ਦਾ ਬੁਰਾ ਪ੍ਰਭਾਵ ਸਾਡੀ ਬੋਡੀ ਤੇ ਸਾਡੇ ਆਰਗਨਸ ਤੇ ਨਾ ਪਵੇ। ਸੋ ਪਾਣੀ ਜ਼ਿਆਦਾ ਤੋਂ ਜ਼ਿਆਦਾ ਜ਼ਰੂਰ ਪੀਣਾ ਚਾਹੀਦਾ ਹੈ ਤਾਂ ਕਿ ਅਸੀਂ ਆਪਣੀ ਬੋਡੀ ਨੂੰ ਡਿਟੋਕਸ ਜੋ ਹੈ ਪਾਣੀ ਹਮੇਸ਼ਾ ਕਰਦਾ ਰਹਿੰਦਾ ਹੈ, ਕਈ ਤਰ੍ਹਾਂ ਦੇ ਟੌਕਸਿਨਸ ਨੂੰ ਬੋਡੀ ਚੋਂ ਆਊਟ ਕਰਦਾ ਰਹਿੰਦਾ ਹੈ। ਵਿਟਾਮਿਨ ਸੀ ਤੇ ਤਾਂ ਹਮੇਸ਼ਾ ਹੀ ਤੁਸੀਂ ਫੋਕਸ ਕਰੋ ਕਿ ਵਿਟਾਮਿਨ ਸੀ ਵਾਲੀਆਂ ਚੀਜ਼ਾਂ ਤੁਸੀਂ ਆਪਣੀ ਡਾਈਟ ਵਿੱਚ ਜ਼ਰੂਰ ਲਓ, ਕਿਉਂਕਿ ਢੇਰ ਸਾਰੇ ਕੰਮ ਸਾਡੀ ਬੋਡੀ ਦੇ ਲਈ ਵਿਟਾਮਿਨ ਸੀ ਕਰ ਰਿਹਾ ਹੁੰਦਾ ਹੈ। ਮੈਂ ਕਈ ਵੀਡੀਓਜ਼ ਵਿੱਚ ਵਿਟਾਮਿਨ ਸੀ ਦੇ ਉੱਪਰ ਗੱਲ ਕਰਦੀ ਹਾਂ ਤਾਂ ਕਿ ਤੁਸੀਂ ਸਾਰੇ ਹੀ ਇਸ ਗੱਲ ਤੋਂ ਅਵੇਅਰ ਹੋ ਸਕੋ। ਸਾਡੀ ਬੋਡੀ ਵਿੱਚ ਕੋਈ ਵੀ ਟੌਕਸਿਨਸ ਨੇ ਉਹਨਾਂ ਨੂੰ ਵਿਟਾਮਿਨ ਸੀ ਬਾਹਰ ਕਰ ਦਿੰਦਾ ਹੈ। ਐਂਟੀ ਆਕਸੀਡੈਂਟ ਤਾਂ ਹੈ ਹੀ ਹੈ। ਸਾਡੀ ਸਕਿਨ ਦੇ ਲਈ ਕੋਲੇਜਨ ਜਿਹੜਾ ਬਣਨਾ ਹੈ, ਬੋਡੀ ਖੁਦ ਬਣਾਉਂਦੀ ਹੈ ਕੋਲੇਜਨ ਜਿਹੜਾ, ਉਸਨੂੰ ਬਣਾਉਣ ਦੇ ਲਈ ਵੀ ਵਿਟਾਮਿਨ ਸੀ ਦੀ ਬਹੁਤ ਜ਼ਿਆਦਾ ਜ਼ਰੂਰਤ ਹੁੰਦੀ ਹੈ। ਗਰਮੀਆਂ ਨੇ ਤਾਂ ਬੋਡੀ ਦਾ ਜਿਹੜਾ ਟੈਂਪਰੇਚਰ ਮੇਨਟੇਨ ਕਰਨ ਦੇ ਲਈ, ਕੂਲ ਰੱਖਣ ਦੇ ਲਈ ਵੀ ਵਿਟਾਮਿਨ ਸੀ ਬਹੁਤ ਜ਼ਿਆਦਾ ਮਦਦ ਕਰਦਾ ਹੈ। ਸੋ ਖੁਸ਼ ਰਹੋ, ਖੁਸ਼ੀਆਂ ਵੰਡੋ, ਤਾਂ ਆਟੋਮੈਟਿਕਲੀ ਤੁਸੀਂ ਆਪਣੇ ਆਪ ਨੂੰ ਯੰਗ ਔਰ ਵਧੀਆ ਫੀਲ ਕਰਨ ਹੀ ਵਾਲੇ ਹੋ। ਚੰਗਾ ਸੋਚਾਂਗੇ, ਚੰਗਾ ਕਰਾਂਗੇ ਤਾਂ ਇੱਕ ਚੰਗਾ ਇਨਵਾਇਰਮੈਂਟ ਦੇ ਨਾਲ ਅਸੀਂ ਖੁਦ ਨੂੰ ਹਮੇਸ਼ਾ ਪੋਜ਼ਿਟਿਵ ਰੱਖਾਂਗੇ ਤਾਂ ਖੁਦ ਨੂੰ ਅਸੀਂ ਹੈਪੀ ਮਹਿਸੂਸ ਕਰਦੇ ਹਾਂ, ਖੁਸ਼ ਮਹਿਸੂਸ ਕਰਦੇ ਹਾਂ, ਪਰ ਨਾਲ ਦੀ ਨਾਲ ਸਾਡਾ ਚਿਹਰਾ ਵੀ ਅੱਗੇ ਨਾਲੋਂ ਵਧੀਆ ਔਰ ਗਲੋਇੰਗ ਹੋ ਜਾਂਦਾ ਹੈ। ਜਿਹੜੇ ਅਜਿਹਾ ਕਰਦੇ ਨੇ ਉਹ ਸਭ ਜਾਣਦੇ ਨੇ ਜ਼ਰੂਰ ਕਿ ਵਾਕਈ ਅਜਿਹਾ ਕਰਨ ਨਾਲ ਸਾਡੀ ਬੋਡੀ ਤੇ ਬੜੇ ਹੀ ਪੋਜ਼ਿਟਿਵ ਫਰਕ ਨਜ਼ਰ ਆਉਂਦੇ ਨੇ। ਹੋਪ ਕਰਦੀ ਹਾਂ ਕਿ ਤੁਸੀਂ ਸਾਰੇ ਵੀ ਇਹਨਾਂ ਗੱਲਾਂ ਤੇ ਜ਼ਰੂਰ ਧਿਆਨ ਦੇਵੋਗੇ। ਅਗਰ ਤੁਸੀਂ ਵੀ ਕੋਈ ਖਾਸ رائے ਸਾਂਝੀ ਕਰਨਾ ਚਾਹੋ ਤਾਂ ਕਮੈਂਟ ਦੇ ਜ਼ਰੀਏ ਜ਼ਰੂਰ ਮੇਰੇ ਨਾਲ ਸਾਂਝੀ ਕਰ ਸਕਦੇ ਹੋ। ਮੈਂ ਅਗਲੀ ਵੀਡੀਓਜ਼ ਵਿੱਚ ਜ਼ਰੂਰ ਤੁਹਾਡਾ ਜ਼ਿੰਦਗੀ ਜਿਉਣ ਦਾ ਜਿਹੜਾ ਤਰੀਕਾ ਹੈ ਉਹ ਵੀ ਜ਼ਰੂਰ ਵੀਡੀਓ ਵਿੱਚ ਮੈਂਸ਼ਨ ਕਰਾਂਗੀ। ਔਰ ਵੀਡੀਓ ਅੱਜ ਦੀ ਚੰਗੀ ਲੱਗੀ ਹੈ ਤਾਂ ਜ਼ਰੂਰ ਇਸ ਨੂੰ ਲਾਈਕ ਐਂਡ ਸ਼ੇਅਰ ਕਰ ਦੇਣਾ। ਹੁਣ ਤੱਕ ਪੇਜ ਨੂੰ ਫੋਲੋ ਨਹੀਂ ਕੀਤਾ ਤਾਂ ਫੋਲੋ ਕਰ ਲਓ। ਯੂਟਿਊਬ ਚੈਨਲ ਹੈਲਥ ਐਡਵਾਈਸ ਵਿਦ ਹਰਜੋਤ ਕੌਰ ਨੂੰ ਸਬਸਕ੍ਰਾਈਬ ਨਹੀਂ ਕੀਤਾ ਤਾਂ ਫਟਾਫਟ ਸਬਸਕ੍ਰਾਈਬ ਵੀ ਕਰ ਲਓ। ਮਿਲਾਂਗੇ ਜਲਦੀ ਹੀ ਸਿਹਤ ਨਾਲ ਜੁੜੀ ਹੋਰ ਖਾਸ ਜਾਣਕਾਰੀ ਦੇ ਨਾਲ। ਫਿਲਹਾਲ ਲਈ ਦਿਓ ਜੀ ਇਜਾਜ਼ਤ, ਸਤਿ ਸ੍ਰੀ ਅਕਾਲ।